ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਵ ਪ੍ਰਸਾਦ ਕਬਿਤ ਖੂਕ ਮਲਹਾਰੀ ਗਜ ਗਦਹਾ ਵਿਪੂਤ ਧਾਰੀ ਗੇਦੂਆ ਮਸਾਨ ਬਾਸ ਕਰਿਓਈ ਕਰਤ ਹੈ ਘੂਗੂ ਮਟ ਬਾਸੀ ਲਗੇ ਢੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਦੇ ਈ ਮਰਤ ਹੈ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਖੂਕ ਮਲਹਰੀ ਗਜ ਗਦਹਾ ਬਿਪੂਤ ਤਾਰੀ ਬਿਪੂਤ ਤਾਰੀ ਦੇ ਉਤੇ ਵਿਸਰਾਮ ਹੈ ਗੇਦੂਆ ਮਸਾਨ ਬਾਸ ਕਰਿਓ ਈ ਕਰਤ ਹੈ ਤਰਵਰ ਸਦੀਵ ਮੋਨ ਸਾਦੇ ਈ ਮਰਤ ਹੈ ਇਹੜਾ ਈ ਪਾਠ ਹੈ ਵਖਰਾ ਕਰਕੇ ਬੋਲਣਾ ਹੈ ਬਿੰਦ ਕੇ ਸਦਈਆ ਤਾਹੇ ਹੀ ਜਕੀ ਬਡਈਆ ਦੇਤ ਬੰਦਰ ਆਸਦੀਵ ਪਾਏ ਨਾਗੇ ਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ ਗਿਆਨ ਕੇ ਬਹੀਨ ਛੀਨ ਕੈਸੇ ਕਹਿ ਤਰਤ ਹੈ ਬਿੰਦ ਕੇ ਸਦਈਆ ਤਾਹੇ ਹੀ ਜਕੀ ਬਢਈਆ ਦੇਤ ਇਹ ਜੋ ਪਾਠ ਹੈ ਸਦਈਆ ਇਸ ਸਤਿ ਦੇਵਤੇ ਅਦਕ ਈੜੀ ਬਿਹਾਰੀ ਆੜੇ ਕੰਨਾ ਬੁਲਣਾ ਹੈ ਇਸੇ ਤਰ੍ਹਾਂ ਦੂਜਾ ਪਾਠ ਹੈ ਦੇਤ ਦੇਵਤੇ ਬਸਰਾਮ ਹੈ ਇਸੇ ਤਰ੍ਹਾਂ ਅਗਲਾ ਪਾਠ ਹੈ ਬੰਦਰਾ ਸਦੀਵ ਬਾਏ ਨਾਗੇ ਈ ਫਿਰਤ ਹੈ ਇਥੇ ਵੀ ਈ ਪਾਠ ਦਾ ਵੱਖਰਾ ਧਿਆਨ ਰੱਖ ਕੇ ਬੋਲਣਾ ਹੈ ਭੂਤ ਬਨਚਾਰੀ ਛਿਤ ਸ਼ਵਨਾ ਸਬੈ ਦੂਦਾਤਾਰੀ ਬਾਉਣ ਕੇ ਆਹਾਰੀ ਸੋ ਪੁਜੰਗ ਜਾਨੀਤ ਹੈ ਤ੍ਰੇਣ ਕੇ ਪਛਈਆ ਤਨ ਲੋਭ ਕੇ ਤਜਈਆ ਤੇ ਤੋ ਗਊਵਨ ਕੇ ਜਈਆ ਬ੍ਰਿਖ ਭਈਆ ਮਾਨੀਤ ਹੈ ਸੋ ਬਾਠ ਹੈ ਭੂਤ ਬਨਚਾਰੀ ਖੇਤ ਸ਼ਵਨਾ ਸਭੈ ਦੁੱਧਾਤਾਰੀ ਸਭੈ ਪਾਠ ਬੋਲਾ ਹੈ ਬੱਬੇ ਦੇ ਨਾਲ ਹੈ ਇਸੇ ਤਰ੍ਹਾਂ ਹੀ ਬੋਲਣਾ ਹੈ ਪਾਉਣ ਕੇ ਆਹਾਰੀ ਸੋ ਪੁਜੰਗ ਜਾਨੀਤ ਹੈ ਪੁਜੰਗ ਪਾਠ ਜੱਜੇ ਦੇ ਨਾਲ ਹੈ ਇਹਨੂੰ ਝੱਜਾ ਲਾ ਕੇ ਪੁਜੰਗ ਨਹੀਂ ਕਹਿਣਾ ਹੈ ਪੁਜੰਗ ਕਹਿਣਾ ਹੈ ਜੱਜੇ ਦੇ ਨਾਲ ਤ੍ਰੇਣਕ ਕੇ ਪਛਿਆ ਤਾਨਾ ਲੋਭ ਕੇ ਤਜਈਆ ਇਹ ਵੀ ਉਸੇ ਤਰ੍ਹਾਂ ਹੈ ਈੜੀ ਬਿਹਾਰੀ ਜੜੇ ਕੰਨ ਜਈਏ ਕੰਨੇ ਦੀ ਆਵਾਜ਼ ਤੇ ਬਾਕੀ ਜਿਹੜਾ ਪਾਠ ਹੈ ਜਈਆ ਭਈਆ ਇਹ ਜੋ ਬ੍ਰਿਕ ਭਈਆ ਪਾਠ ਹੈ ਇਕੱਠਾ ਵੀ ਆਉਂਦਾ ਹੈ ਲੇਕਿਨ ਕਈ ਸਰੂਪਾਂ 'ਚ ਵੱਖਰਾ ਵੀ ਹੈ ਕਈ ਜਗ੍ਹਾ ਤੇ ਇਕੱਠਾ ਵੀ ਪਾਠ ਆਉਂਦਾ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇਤ ਬਗੂਲਾ ਬਿੜਾਲ ਬ੍ਰਿਕ ਧਿਆਨੀ ਠਾਨੀਤ ਹੈ ਜੇ ਤੋ ਵੱਡੇ ਗਿਆਨੀ ਤੈਨੋ ਜਾਨੀ ਪੈ ਬਖਾਨੀ ਨਾਹੀ ਐਸੇ ਨਾ ਪ੍ਰਪੰਚ ਮਨ ਫੂਲ ਆਨਿਅਤ ਹੈ ਨਬ ਕੇ ਉਡਈਆ ਇਹ ਧਿਆਨ ਰੱਖਣਾ ਹੈ ਬਾਰ ਬਾਰ ਜਈਏ ਕਨਾਰਿਆ ਹੈ ਜੀੜੀ ਬਿਹਾਰੀ ਆੜੇ ਕੰਨਾ ਇਸੇ ਤਰ੍ਹਾਂ ਹੀ ਬੋਲਣਾ ਹੈ ਬਾਗੂਲਾ ਗੱਗੇ ਦੇ ਪੈਰ ਵਿੱਚੋਂ ਅੰਕੜ ਦਾ ਧਿਆਰ ਰੱਖ ਕੇ ਬੋਲਣਾ ਹੈ। ਠਾਨਿਤ ਹੈ ਇਹ ਵੱਖਰੇ ਵੱਖਰੇ ਪਾਠ ਹਨ। ਜੇ ਤੋਂ ਵੱਡੇ ਗਿਆਨੀ ਵੱਡੇ ਪਾਠ ਇਦਾਂ ਆਉਣਾ ਹੈ। ਇਸੇ ਤਰ੍ਹਾਂ ਨਾਹੇ ਦੇ ਉੱਤੇ ਵਿਸਰਾਮ ਐਸੇ ਨਾ ਪ੍ਰਪੰਚ ਮਨ ਭੂਲ ਆਨਿਤ ਹੈ। ਭੂਮਕੇ ਬਸਿਆ ਤਾਹ ਭੂਚਰੀ ਕੈ ਜਈਆ ਕਹੈ। ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਐ ਫਲ ਕੇ ਪਛਈਆ ਤਾਹੇ ਬਾਂਦਰੀ ਕੇ ਜਈਆ ਕਹਿ ਆਦਿਸ ਫਿਰਈਆ ਤੇ ਤੋ ਭੂਤ ਕਹਿ ਪਛਾਨੀਐ ਫਿਰ ਅਗੇ ਬਾਟ ਹੈ ਬਸਈਆ ਜਈਆ ਉਡਈਆ ਚਿਰਈਆ ਪਛਈਆ ਇਸੇ ਤਰ੍ਹਾਂ ਆਦਿਸ ਅਦਿਸ ਨਹੀਂ ਕਹਿਣਾ ਹੈ ਆਦਿਸ ਪਾਠ ਹੈ ਪੋਲਾ ਜਿਆ ਆਦਿਸ ਫਿਰਈਆ ਤੇ ਤੇ ਭੂਤ ਕੈ ਪਛਾਨੀਐ ਜਲ ਕੇ ਤਰਿਆ ਕੋ ਗੰਗੇਰੀ ਸੀ ਕਹਿਤ ਜਗ ਤਾਗ ਕੇ ਪਛਈਆ ਸੋਚ ਕੋਰ ਸਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਬੜਾਈ ਦੇਤ ਚੰ드ਰਾ ਸਿਵਈਆ ਕਾਉ ਕਵੀ ਕਹਿ ਪਹਿਚਾਨੀਐ ਇਸੇ ਤਰ੍ਹਾਂ ਪਾਠ ਹੈ ਸੂਰਜ ਸਿਵਈਆ ਤਾਹੇ ਕਾਉਲ ਕੀ ਬੜਾਈ ਦੇਤ ਚੰ드ਰਾ ਸਿਵਈਆ ਕਾਉ ਕਵੀ ਕਹਿ ਪਹਿਚਾਨੀਐ ਸਿਵਈਆ ਪਾਠ ਹੈ ਇੱਥੇ ਜਮਕ ਹੈ ਕਾਉ ਪਾਠ ਕਨੌੜੇ ਦੇ ਨਾਲ ਹੈ ਇਹ ਧਿਆਨ ਰੱਖਣਾ ਹੈ ਨਾਰਾਇਣ ਕਛ ਮਛ ਤਿੰਦੂਆ ਕਹਿਤ ਸਭ ਕੌਲ ਨਾਭ ਕੌਲ ਜਿਹ ਤਾਲ ਮੈਂ ਰਹਤ ਹੈ ਗੋਪੀਨਾਥ ਗੂਜਰ ਗੋਪਾਲ ਸਭ ਧੇਨ ਚਾਰੀ ਰੇਖੀ ਕੇਸ ਨਾਮ ਕੈ ਮਹੰਤ ਲਹਿਯਤ ਹੈ ਪਾਠ ਆਇਆ ਹੈ ਨਾਰਾਇਣ ਨੰਨੇ ਕੰਨਾ ਹੈ ਇਹ ਵੀ ਧਿਆਨ ਰੱਖਣਾ ਹੈ ਇਹਨੂੰ ਨਾਰਾਇਣ ਨਹੀਂ ਕਹਿ ਦੇਣਾ ਨਾਰਾਇਣ ਕਛ ਮਛ ਇਹ ਛੱਛਿਆਂ ਦੀ ਆਵਾਜ਼ ਹੈ ਇਹ ਧਿਆਨ ਰੱਖਣਾ ਹੈ ਸਭ ਦੇ ਉੱਤੇ ਵਸ ਰਾਮ ਗੋਪੀਨਾਥ ਗੂਜਰ ਗੋਪਾਲ ਸਭੈ ਧੀਨਚਾਰੀ ਇੱਥੇ ਵਸ ਰਾਮ ਹੈ ਮਾਦਵ ਪਵਰ ਆਓ ਅਟੇਰੂ ਕੋ ਕਨਈਆ ਨਾਮ ਕੰਨ ਸਕੇ ਬਧਿਆ ਜਮ ਦੂਤ ਕਹਯਤ ਹੈ ਮੂੜ ਰੂੜ ਪੀਟਤ ਨ ਗੂੜਤਾ ਕੋ ਭੇਦ ਪਾਵੇ ਪੂਜਤ ਨਾਤਾ ਹੈ ਜਾ ਕੇ ਰਾਖੇ ਰਹੀਤ ਹੈ ਮਾਦਵ ਭਵਰ ਆਓ ਅਟੇਰੂ ਕੋ ਇੱਥੇ ਥੋੜਾ ਜਿਮਕ ਹੈ ਕਨਈਆ ਨਾਮ ਇਹ ਧਿਆਨ ਰੱਖਣਾ ਹੈ ਕੱਕੇ ਦੀ ਆਵਾਜ਼ ਆਉਣੀ ਚਾਹੀਦੀ ਹੈ ਕਗਾ ਲਾਰ ਕਨਈਆ ਨੇ ਕਹਿ ਦੇਣਾ ਹੈ ਕਨਈਆ ਨਾਮ ਕੰਸ ਕੇ ਬਧਈਆ ਜਮਦੂਤ ਕਹੀਤ ਹੈ ਉਹੀ ਹੈ ਨਿਜਮ ਬੱਬਾ ਤ ਦੇਵ ਤੇ ਅਧਿਕ ਈੜੀ ਬਿਹਾਰੀ ਐੜੇ ਕੰਨ ਮੂੜ ਰੂੜ ਪੀਟਤ ਨ ਗੂੜਤਾ ਕੋ ਭੇਦ ਪਾਵੈ ਇਹੜਾ ਮੂੜ ਰੂੜ ਪੈਰ ਵਿੱਚ ਹਾ ਹਾ ਹੈ ਹਲੰਤ ਦੇ ਰੂਪ ਦੇ ਵਿੱਚ ਇਹ ਜਿਹੜਾ ਪਾਠ ਹੈ ਭਾਰੇ ਹਨ ਗੂੜਤ ਇਹ ਵੀ ਕਸ ਕੇ ਬੁਲੇ ਜਾਣਾ ਹੈ ਪਾਰਾ ਕਰਕੇ ਸਵੇਸ ਤਰ੍ਹਾਂ ਦਾ ਪਾਠ ਹੈ ਵਿਸ਼ਵ ਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤ ਪਾਲ ਜਮ ਜਾਲ ਤੇ ਰਹਿਤ ਹੈ ਜੋਗੀ ਜਟਾ ਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਿਤ ਹੈ ਸੁਅਗੇ ਹੈ ਵਿਸ਼ਵ ਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਇੱਥੇ ਵਿਸਰਾਮ ਪਾਠ ਪੜਦਿਆਂ ਪੜਦਿਆਂ ਜੋਗੀ ਜਟਾ ਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਸਤੀ ਪਾਠ ਬੋਲਾ ਹੈ ਬ੍ਰਹਮਚਾਰੀ ਕਹਿਣਾ ਹੈ ਨੂੰ ਬ੍ਰਹਮਚਾਰੀ ਨਹੀਂ ਕਹਿ ਦੇਣਾ ਹਾਹ ਦੀ ਆਵਾਜ਼ ਵਿੱਚ ਦੇਣੀ ਹੈ ਤੇ ਹਾਹੇ ਨੂੰ ਸਿਆਰੀ ਲਾ ਕੇ ਸਿੰਘ ਸੁਣੀਦੇ ਹਨ ਬੋਲ ਦਿੰਦੇ ਹਨ ਬ੍ਰਹਮ ਉਹ ਵੀ ਗਲਤ ਹੈ ਹਾਹਾ ਮੁਕਤਾ ਹੈ ਬ੍ਰਹਮਚਾਰੀ ਨਿਯੌਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਦੋ ਮੁਖ ਏਕ ਪਾਇ ਠਾਡੇ ਨਾ ਬਹਿਤ ਹੈ ਮਾਨਵ ਫਨਿੰਦ ਦੇਵ ਦਾਨਵ ਨਾ ਪਾਵੇ ਭੇਦ ਬੇਦ ਔਕਤਿਬ ਨੇਤ ਨੇਤ ਕਹਿ ਕਹਿਤ ਹੈ ਇਸੇ ਤਰ੍ਹਾਂ ਨਯੋਲੀ ਇਹਨੂੰ ਨੌਲੀ ਨਹੀਂ ਕਹਿਣਾ ਨਯੋਲੀ ਕਹਿਣਾ ਹੈ ਤੇ ਇਸੇ ਤਰ੍ਹਾਂ ਜਿਹੜਾ ਪਾਠ ਬਾਕੀ ਹੈ ਆਵਜੀ ਨੇ ਸਰਵਣ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ